ਹਾਂਜੀ ਸਰ, ਪ੍ਰੈਸ ਕਾਨਫਰੰਸ ਕੀਤੀ, ਕਿਸ ਸੰਬੰਧ 'ਚ ਕੀਤੀ ਗਈ? ਇਹ ਜੀ ਕਰਮਾ ਫੈਸ਼ਨ ਸ਼ੋਰੂਮ ਹੈ ਸਾਡੇ ਜਲੰਧਰ ਸ਼ਹਿਰ ਦੇ ਵਿੱਚ। ਉਹਨਾਂ ਨੂੰ ਇੱਕ ਰੈਨਸਮ ਲੈਟਰ ਮਿਲੀ ਸੀਗੀ, ਨਾਲ ਥਰੈਟ ਮਿਲੀ ਸੀ ਉਹਦੇ ਵਿੱਚ। ਉਸ ਸੰਬੰਧ ਦੇ ਵਿੱਚ ADCP ਇਨਵੈਸਟੀਗੇਸ਼ਨ ਦੀ ਨਿਗਰਾਨੀ ਹੇਠ ਟੀਮ ਬਣੀ ਸੀ, ਜਿਹਦੇ ਵਿੱਚ ਸਾਡੇ ACP ਕ੍ਰਾਈਮ ਔਰ ACP ਸੈਂਟਰਲ ਔਰ ਇੰਸਪੈਕਟਰ ਸਪੈਸ਼ਲ ਸੈੱਲ ਸੀਗੇ। ਅਤੇ ਉਹਨਾਂ ਨੇ ਇੱਕ ਵੱਡੀ ਕਾਮਯਾਬੀ ਹਾਸਿਲ ਕਰਦੇ ਹੋਏ 8 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ, ਜਿਨ੍ਹਾਂ ਕੋਲੋਂ ਭਾਰੀ ਮਾਤਰਾ 'ਚ ਅਸਲਾ ਐਮੂਨੀਸ਼ਨ ਬਰਾਮਦ ਕੀਤਾ। ਇਹਨਾਂ ਕੋਲ 3 ਪਿਸਤੌਲ ਬਰਾਮਦ ਹੋਏ ਆ ਜੀ, ਤੇ 4 ਮੈਗਜ਼ੀਨ ਬਰਾਮਦ ਹੋਏ ਆ, ਔਰ 10 ਕਾਰਤੂਸ ਬਰਾਮਦ। ਇਹ ਅਸਲਾ ਜੀ ਇਹਨਾਂ ਨੇ UP ਤੇ ਰਾਜਸਥਾਨ ਵਾਲੀ ਸਾਈਡ ਤੋਂ ਪ੍ਰੋਕਿਓਰ ਕੀਤਾ ਸੀ। ਟੋਟਲ 8 ਬੰਦੇ ਹੁਣ ਤੱਕ ਗ੍ਰਿਫਤਾਰ ਹੋ ਚੁੱਕੇ ਆ। 8 ਬੰਦਿਆਂ ਦੇ ਜਿਹੜੇ ਹੈ ਜੀ, ਇੱਕ ਸੰਜੇ ਹੈ, ਇੱਕ ਦੀਪਕ ਹੈ, ਗਜਿੰਦਰ ਹੈ, ਰਾਧੇ ਹੈ, ਅਭਿਸ਼ੇਕ ਹੈ, ਪੱਪੂ ਹੈ, ਮਨੋਜ ਹੈ, ਦੀਪਕ ਕੁਮਾਰ ਹੈ। ਇਹਨਾਂ ਦੀ ਧੋਬੀ ਘੱਟ ਹੋਈ ਹੈ ਸਰ। ਮੇਨ ਕੌਣ ਹੈ ਇਹਨਾਂ ਚ, ਮਾਸਟਰ ਮਾਈਂਡ ਕੌਣ ਹੈ? ਹਾਂਜੀ, ਮਾਸਟਰ ਮਾਈਂਡ ਕੌਣ ਹੈ ਸਰ? ਮਾਸਟਰ ਮਾਈਂਡ ਇਹਨਾਂ ਦੇ ਵਿੱਚ ਜਿਹੜੇ ਇਹਨਾਂ ਦੇ ਡਿਲੀਵਰ ਕਰਨ ਵਾਲੇ ਸੀ, ਉਹ ਤਾਂ ਮਨੋਜ ਐਂਡ ਰਾਧੇ ਸੀ, ਔਰ ਉਹੀ ਇਹਨੂੰ ਕਰ ਰਹੇ ਸੀਗੇ ਅੱਗੇ। ਇਹਦੇ ਵਿੱਚ ਸਾਰੇ ਇੱਕੋ ਕਿਸਮ ਦੇ, ਇੱਕ ਹੀ ਏਰੀਆ ਦੇ ਵਿੱਚ ਮੈਜੋਰਿਟੀ ਇਹਨਾਂ ਤੋਂ ਬੰਦੇ ਰਹਿਣ ਵਾਲੇ ਆ, ਇੱਕ ਦੂਜੇ ਦੇ ਪਹਿਲੇ ਜਾਣਕਾਰ ਆ, ਔਰ ਇੱਕ ਗੈਂਗ ਟਾਈਪ ਇਹਨਾਂ ਨੇ ਆਪਸ 'ਚ ਬਣਾ ਲਿਆ ਸੀ, ਜਿਸਦੇ ਵਿੱਚ ਫਸਟ ਟਾਈਮ ਇਹਨਾਂ ਨੇ ਇਸ ਕੇਸ 'ਚ ਫਿਰੌਤੀ ਮੰਗੀ ਹੈ। ਜੇ ਇਹ ਨਾ ਪਕੜੇ ਜਾਂਦੇ ਤਾਂ ਹੋਰ ਇਸ ਤਰ੍ਹਾਂ ਦੀਆਂ ਵਾਰਦਾਤਾਂ ਦੀ। ਉਹ ਤਫਤੀਸ਼ ਦਾ ਹਿੱਸਾ ਜੀ, ਪਤਾ ਚੱਲੇਗਾ ਤਫਤੀਸ਼। ਯੰਗਸਟਰ ਨੇ ਨਾਮ ਇਹ ਆਪਣੇ ਆਪ ਨੂੰ ਕਲੇਮ ਕਰਦੇ ਆ ਕਿ ਬਿਸ਼ਨੋਈ ਗੈਂਗ ਦੇ ਬੰਦੇ ਆ ਅਸੀਂ, ਪਰ ਨਹੀਂ, ਇਹ ਹੁਣ ਤਫਤੀਸ਼ ਦਾ ਹਿੱਸਾ ਜੀ। ਸਰ ਇੱਕ ਜਾਣਕਾਰੀ ਦੇ ਦਿਓ ਕਿ ਲੱਗਦਾ ਕਿ ਰੋਟੀ ਪਾਇਆ ਕੋਈ ਹਲ ਤਾਂ ਤੁਹਾਨੂੰ ਭੇਜਿਆ ਫਲੈਸ਼ ਪਾਇਆ ਉਹਦੇ ਚ ਇਹ ਲਿਖਿਆ ਬਿਸ਼ਨੋਈ ਗੈਂਗ ਦੇ 8 ਬੰਦੇ। ਉਹ ਤਾਂ ਫਲੈਸ਼ ਤੁਸੀਂ ਤਿਆਰ ਕੀਤੀ? ਨਹੀਂ ਨਹੀਂ, ਤੁਹਾਡੇ ਉਹ ਹੋਈ ਸਰ, ਮੈਂ ਤੁਹਾਡੇ ਕੋਲ ਆਇਆ, ਤੁਹਾਡੇ ਗਰੁੱਪ 'ਚ। ਸਾਡੇ ਗਰੁੱਪ 'ਚ ਆਇਆ ਜੀ। ਕੀ ਲੱਗਦਾ ਕਿ ਜਿਹੜੇ ਇੱਥੇ ਆ ਰਹੇ ਉਹ ਡਰੋਨ ਥਰੂ ਹੀ ਇੱਥੇ ਇੰਡੀਆ 'ਚ ਆਏ ਹੋਣਗੇ? ਇਹ ਨਹੀਂ ਕਹਿ ਸਕਦੇ, ਤਫਤੀਸ਼ 'ਚ ਆਏਗਾ ਤਾਂ ਪਤਾ ਲੱਗੇ ਕਿਸ ਤਰ੍ਹਾਂ ਆਏ ਕਿਸ ਤਰ੍ਹਾਂ।